ਚਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਰਚਾ ਪੂਰਾ ਡਟਿਆ ਹੋਇਆ, ਨੌਜਵਾਨ ਯੋਧੇ ਐਨ ਖੜੇ ਆ ਡਟੇ ਪੂਰੇ, ਸਾਰਾ ਦਿਨ ਹੀ ਅੱਜ ਖਨੌਰੀ ਦੇ ਉੱਤੇ ਤੇ ਸ਼ੰਭੂ ਦੇ ਉੱਤੇ ਜੱਦੋ ਜਹਿਦ ਚੱਲਦੀ ਰਹੀ ਆ। ਬਹੁਤ ਮੁੰਡੇ ਆਪਣੇ ਜ਼ਖਮੀ ਵੀ ਹੋਏ ਆ। ਇਹ ਕੱਲੀਆਂ ਰਬੜ ਦੀਆਂ ਗੋਲੀਆਂ ਨਹੀਂ ਮਾਰਦੇ, ਇੱਕ ਹੋਰ ਗਿਲਟ ਜਿਹੜੀਆਂ ਗੋਲੀਆਂ ਉਹ ਵੀ ਮਾਰੀ ਜਾਂਦੇ ਆ। ਕਈ ਆਪਣੇ ਮੁੰਡਿਆਂ ਦਾ ਬਾਹਾਂ ਦੇ ਵਿੱਚ ਵੀ, ਲੱਤਾਂ ਤੇ, ਛਾਤੀ ਤੇ, ਸਿਰ ਦੇ ਵਿੱਚ ਡਾਂਗਾ, ਕਾਫੀ ਨੁਕਸਾਨ ਹੋਇਆ। ਇਸ ਵੇਲੇ ਤੱਕ 45 ਆਪਣੇ ਜਾਣਿਆਂ ਦੀ ਜਿਹੜੀ ਲਿਸਟ ਆ, ਉਹ 45 ਜਾਣੇ ਆਪਣੇ ਜ਼ਖਮੀ ਹੋਏ ਆ ਜਾਂ ਹਸਪਤਾਲ ਦਾਖਲ ਨੇ। ਸੋ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਬਾਈ, ਇੱਕ ਤਾਂ ਘਰੇ ਨਾ ਹੁਣ ਬੈਠੋ ਯਾਰ, ਹੁਣ ਘਰੇ ਬੈਠਣ ਦਾ ਵਕਤ ਨਹੀਂ ਹੈਗਾ। ਕਿਉਂਕਿ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜਿਆਂ ਨੂੰ ਲੱਗਦਾ ਹਲੇ ਘਰਿਆਂ ਬੈਠਿਆਂ ਨੂੰ ਵੀ ਯਾਰ ਇਹਦਾ ਕੱਲੀ ਕਿਸਾਨੀ ਦਾ ਮਸਲਾ, ਇਹਦਾ ਕੱਲੀ MSP ਦਾ ਮਸਲਾ, ਇਹਦਾ ਫਸਲਾਂ ਦੇ ਭਾਅ ਵਧਾਉਣ ਨੂੰ ਫਿਰਦੇ ਆ, ਤਾਂ ਇਹ ਮਸਲੇ ਨੇ ਨਹੀਂ। ਇਹ ਮਸਲਾ ਭਰਾਵੋ ਜਿਹੜਾ ਨਿਊ ਵਰਲਡ ਆਰਡਰ ਆਇਆ ਨਾ, ਇਹ ਤੁਹਾਡੀ ਹੋਣ ਦਾ ਮਸਲਾ। ਉਹ ਇੰਨੇ ਖਤਰਨਾਕ ਕਾਨੂੰਨ ਨੇ, ਇੰਨੀਆਂ ਖਤਰਨਾਕ ਨੀਤੀਆਂ ਲਿਆ ਰਹੇ ਨੇ, ਪੂਰਾ ਯੂਰਪ ਸੜਕਾਂ ਤੇ ਆ, ਅਫਰੀਕਾ ਦੇ ਕਈ ਮੁਲਕ ਸੜਕਾਂ ਤੇ, ਉੱਤਰੀ ਅਮਰੀਕਾ ਦੇ ਕਈ ਮੁਲਕ ਸੜਕਾਂ ਤੇ ਆ। ਇਹ ਨਿਊ ਵਰਲਡ ਆਰਡਰ ਦੇ ਖਿਲਾਫ, ਇਹ ਨੀਤੀਆਂ ਦੇ ਖਿਲਾਫ ਉਹਨਾਂ ਨੇ ਕਿਵੇਂ ਪੂਰੀ ਮਨੁੱਖਤਾ ਨੂੰ ਗੁਲਾਮ ਬਣਾਉਣਾ, ਕਿਵੇਂ ਸ਼ਿਕੰਜਾ ਕਸਣਾ, ਕਿਵੇਂ ਤੁਹਾਡੇ ਜਿਹੜੇ ਕੁਦਰਤੀ ਵਸੀਲੇ ਨੇ, ਤੁਹਾਡੀ ਧਰਤੀ, ਹਵਾ, ਪਾਣੀ ਦੇ ਉੱਤੇ ਕਿਵੇਂ ਕਬਜ਼ੇ ਕਰਨੇ ਨੇ, ਤੁਹਾਡੇ ਇਤਿਹਾਸ, ਤੁਹਾਡੀਆਂ ਬੋਲੀਆਂ ਨੂੰ ਕਿਵੇਂ ਖਤਮ ਕਰਨਾ। ਭਰਾਵੋ, ਇਹ ਤੁਹਾਡੇ ਆਉਣ ਵਾਲੇ ਭਵਿੱਖ ਦਾ ਸਵਾਲ ਆ, ਤੁਹਾਡੀਆਂ ਹੋਣ ਦਾ ਸਵਾਲ ਆ, ਤੁਹਾਡੀ ਹੋਣ ਤੇ ਖਤਰਾ ਖੜਾ ਹੋ ਗਿਆ, ਤੁਹਾਡੀਆਂ ਨਸਲਾਂ ਦਾ ਸਵਾਲ ਆ। ਸੋ ਮੇਰਾ ਵੀਰੇ, ਘਰਾਂ 'ਚ ਬੈਠੇ ਨਾ ਸੋਚੋ ਵੀ ਆਪਾਂ ਬਚੇ ਰਹਿ ਜਾਂਗੇ, ਜੇ ਬਾਈ ਇਹ ਕਾਨੂੰਨ ਬਣ ਗਏ। ਇਹ ਇੱਥੇ ਨਹੀਂ ਗੱਲ ਖੜੀ ਵੀ ਠੀਕ ਆ MSP ਤੇ ਲੜ ਰਹੇ ਹਾਂ, ਨਹੀਂ, ਇਕੱਲੀ MSP ਤੇ ਨਹੀਂ ਲੜ ਰਹੇ, ਲੜਾਈ ਤਾਂ ਉਹ ਹੈ ਮੋਦੀ ਵਰਗੇ, ਅਮਿਤ ਸ਼ਾਹ ਵਰਗੇ ਦਾ ਪਿਆਦੇ ਨੇ, ਮੋਹਰੇ ਨੇ, ਨਿਊ ਵਰਲਡ ਆਰਡਰ ਵਾਲਿਆਂ ਦੇ, ਜਿਹੜਾ ਪੂਰਾ ਦੁਨੀਆ ਦਾ ਕਾਰਪੋਰੇਟ, ਪੂਰੀ ਦੁਨੀਆ ਨੂੰ ਕਿਵੇਂ ਕਾਬੂ ਚ ਕਰਨਾ, ਪੂਰੀ ਮਨੁੱਖਤਾ ਨੂੰ ਕਿਵੇਂ ਗੁਲਾਮ ਬਣਾਉਣਾ, ਇਹ ਉਹਦੇ ਸਰ ਮੋਹਰੇ ਨੇ, ਉਹਦੇ ਜਿਹੜੇ ਤਿਆਰ ਕੀਤੇ ਕਾਨੂੰਨ ਨੇ ਉਹਨਾਂ ਨੂੰ ਅੱਗੇ ਲਾਗੂ ਕਰਨ ਤੇ ਜ਼ੋਰ ਲਾ ਰਹੇ ਆ ਭਰਾਵੋ। ਸੋ ਬੇਨਤੀ ਆ ਬਾਈ ਸਾਨੂੰ ਹੱਥ ਬੰਨ ਕੇ ਕਿ ਯਾਰ ਆਪਾਂ ਹੁਣ ਇੱਥੇ, ਸਾਡੀ ਅਣਖ ਦਾ ਵੀ ਸਵਾਲ ਆ, ਇਹਦੇ ਜਬਰ ਦਾ ਮੁਕਾਬਲਾ ਜੋ ਜਬਰ ਢਾਇਆ ਜਾ ਰਿਹਾ ਲਗਾਤਾਰ 2 ਦਿਨ ਹੋ ਗਏ, 2 ਦਿਨਾਂ ਦੇ ਵਿੱਚ ਸਾਡੇ ਘੱਟੋ ਘੱਟ 250-300 ਜਣਾ ਸਾਡਾ ਜ਼ਖਮੀ ਹੋ ਚੁੱਕਿਆ, ਬੁਰੀ ਤਰ੍ਹਾਂ ਲੱਤਾਂ ਵੀ ਕਈਆਂ ਦੀਆਂ ਟੁੱਟੀਆਂ ਨੇ, ਇੱਥੇ ਬਾਹਾਂ ਟੁੱਟੀਆਂ ਨੇ, ਸਿਰ ਪਾਟੇ ਨੇ, ਗੋਲੀਆਂ ਵੱਜੀਆਂ ਨੇ, ਰਬੜ ਦੀਆਂ ਵੀ ਤੇ ਦੂਜੀਆਂ ਵੀ ਆ, ਗਿਲਟ ਜਿਹੜੀਆਂ ਵੀ। ਇਹ ਜਬਰ ਦਾ ਮੁਕਾਬਲਾ ਸਬਰ ਨਾਲ ਵੀ ਆਪਾਂ ਕਰਨਾ, ਏਕੇ ਨਾਲ ਕਰਨਾ, ਦ੍ਰਿੜਤਾ ਨਾਲ ਕਰਨਾ, ਦਲੇਰੀ ਯੁਰਤ ਨਾਲ ਕਰਨਾ। ਮੇਰਾ ਵੀਰ ਹੁਣ ਘਰੇ ਨਾ ਬੈਠੋ, ਅਸੀਂ ਫਲਾਨੀ ਜਥੇਬੰਦੀ ਵਾਲੇ, ਅਸੀਂ ਫਲਾਨੀ ਪਾਰਟੀਆਂ, ਛੱਡ ਦਿਓ ਬਈ ਜਥੇਬੰਦੀਆਂ, ਛੱਡ ਦਿਓ ਪਾਰਟੀਆਂ, ਹੁਣ ਤੁਹਾਡੀ ਪੰਜਾਬ ਦੇ ਲੋਕੋ, ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਲੋੜ ਹੈ। ਅੱਜ ਲੜ ਪਏ, ਤੁਹਾਡੀਆਂ ਨਸਲਾਂ ਜਿਉਂਦੀਆਂ ਰਹਿਣਗੀਆਂ, ਬੱਚੀਆਂ ਰਹਿਣਗੀਆਂ, ਤੁਹਾਡੀ ਸੱਭਿਅਤਾ ਜਿਉਂਦੀ ਰਹੂਗੀ। ਅੱਜ ਘਰਾਂ 'ਚ ਵੜ ਗਏ, ਮੁੜ ਕੇ ਅੱਖਾਂ 'ਚ ਘਸਾਉਣ ਦੇ ਕੇ ਰੋਣ ਦਾ ਕੋਈ ਫਾਇਦਾ ਨਹੀਂ ਬਾਈ, ਕੋਈ ਪਛਤਾਉਣ ਦਾ ਫਾਇਦਾ ਨਹੀਂ, ਕਿਉਂਕਿ ਮੋਦੀ ਪਹਿਲਾਂ ਹੀ ਕਹੀ ਜਾਂਦਾ ਪਾਰਲੀਮੈਂਟ 'ਚ, ਬੋਲਿਆ ਮੋਦੀ ਕਿ ਸਾਡਾ ਅਗਲਾ ਸੈਸ਼ਨ ਵੱਡੇ ਫੈਸਲੇ ਲੈਣ ਦਾ ਸੈਸ਼ਨ ਆ, ਵੱਡੇ ਫੈਸਲਿਆਂ ਤੋਂ ਭਾਵ ਉਹ ਸਾਰੇ ਕਾਨੂੰਨ ਦੁਨੀਆ ਦੇ ਵਿੱਚ ਲਾਗੂ ਹੋਣੇ ਆ। ਇਸ ਕਰਕੇ ਬੇਨਤੀ ਆ ਬਾਈ ਸਾਨੂੰ ਸਾਰਿਆਂ ਨੂੰ, ਵੱਧ ਤੋਂ ਵੱਧ ਪਿੰਡਾਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਅਰਦਾਸ ਕਰੋ, ਹੋਕੇ ਦਵਾਓ, ਲੰਗਰ ਪ੍ਰਸ਼ਾਦੇ ਲੈ ਕੇ, ਟਰਾਲੀਆਂ ਲੈ ਕੇ, ਗੱਡੀਆਂ, ਟਰੈਕਟਰ, ਜੋ ਵੀ ਸਾਧਨਾ ਲੈ ਕੇ ਇਧਰ ਨੂੰ ਆਓ। 2 ਚੀਜ਼ਾਂ ਹੋਰ ਲੈ ਕੇ ਆਉਣੀਆਂ ਇੱਥੇ ਜ਼ਰੂਰੀ ਹੈ, ਇੱਕ ਤਾਂ ਸਾਨੂੰ ਚਾਹੀਦਾ ਰੇਤੇ ਦੀਆਂ ਭਰੀਆਂ ਹੋਈਆਂ ਟਰਾਲੀਆਂ, ਮਿੱਟੀ ਦੀਆਂ, ਉਹ ਵੀ ਲੈ ਕੇ ਆਓ, ਮਿੱਟੀ ਦੀਆਂ, ਰੇਤੇ ਦੀਆਂ ਭਰੀਆਂ ਹੋਈਆਂ ਟਰਾਲੀਆਂ, ਤੇ ਨਾਲ ਜਿਹੜਾ ਚਾਹੀਦਾ ਸਾਨੂੰ ਇੱਥੇ ਹਾਈਡਰੇ ਤੇ ਜਿਹੜੀਆਂ ਪੋਕ ਲੈਣ ਨਾਲ ਮਸ਼ੀਨਾਂ ਨੇ ਉਹਦੀ ਵੀ ਜ਼ਰੂਰਤ ਆ।
ਕਿਉਂਕਿ ਇਹਨਾਂ ਨੇ ਜਿਹੜੀ ਬਹੁਤ ਵੱਡੇ ਪੱਧਰ ਤੇ ਮਜ਼ਬੂਤੀ ਕੀਤੀ ਹੋਈ ਆ। ਵਿਚਾਲੇ ਇੱਧਰ ਕੰਧ ਕੱਢ ਕੇ ਇੱਟਾਂ ਦੀ, ਦੂਜੇ ਪਾਸੇ ਕੰਧ ਕੱਢ ਕੇ, ਵਿਚਾਲੇ ਪੰਜ ਪੰਜ ਫੁੱਟ ਕੰਕਰੀਟ ਦਾ ਸਰੀਆ ਪਾ ਕੇ ਆਏ, ਜਿਵੇਂ ਆਪਾਂ ਲੈਂਟਰ ਪਾਉਂਦੇ ਆ ਐ ਪਾਏ ਹੋਏ ਆ, ਇੱਕ ਨੀ ਦੋ ਨੀ ਤਿੰਨ ਨੀ ਐ ਪੰਜ ਪੰਜ ਸੱਤ ਸੱਤ ਲੇਅਰਾਂ ਐ ਲੈਣਾ ਖੜੀਆਂ ਕੀਤੀਆਂ ਹੋਈਆਂ ਨੇ, ਐ ਦੀਵਾਰਾਂ ਤਾਂ ਹੁਣ ਦੱਸਦਾ ਪੰਦਰਾਂ ਪੰਦਰਾਂ ਫੁੱਟ ਚੀਆਂ ਤੇ ਪੰਜ ਪੰਜ ਫੁੱਟ ਚੌੜੀਆਂ। ਆ ਸਾਰੀ ਜਦੋ ਜਦ ਕਰਕੇ ਦੇਖ ਲਈ, ਟਰੈਕਟਰਾਂ ਦਾ ਕੋਈ ਫੋ ਨੀ ਪੈਂਦਾ, ਜੇਸੀਬੀ ਦਾ ਫੋ ਬਹੁਤ ਘੱਟ ਪਊਗਾ। ਕੋਕ ਲੈਣ ਜਿਹੜੀਆਂ ਮਸ਼ੀਨਾਂ ਨੇ ਜਾਂ ਹਾਈਡਰੇ ਨੇ ਜਿਹੜੇ, ਤੇ ਜਾਂ ਜਿਹੜੇ ਭਰਾ ਸਾਡੇ ਢੋਲ ਜਿਹੜੇ ਆਪਣੇ ਸਪਰੇਅ ਵਾਲੇ ਹੁੰਦੇ ਆ ਟਰੈਕਟਰਾਂ ਵਾਲੇ, ਉਹ ਲਿਆ ਸਕਦੇ ਆ, ਉਹ ਲੈ ਕੇ ਆਓ। ਤੇ ਜਾਂ ਵੱਧ ਤੋਂ ਵੱਧ ਜਿਹੜੀ ਅਸਲ ਲੋੜ ਹੈ, ਮਿੱਟੀ ਦੀ ਲੋੜ ਆ ਬਈ ਇੱਥੇ। ਜਿੰਨੀਆਂ ਟਰਾਲੀਆਂ ਤੁਸੀਂ ਆਪਣੇ ਪਿੰਡਾਂ ਚੋਂ ਮਿੱਟੀ ਦੀਆਂ ਰੇਤੇ ਦੀਆਂ ਭਰ ਕੇ ਲਿਆ ਸਕਦੇ ਆ, ਉਹ ਵੱਧ ਤੋਂ ਵੱਧ ਬਈ ਖਨੌਰੀ ਵਾਲੇ ਪਾਸੇ ਵੀ, ਸਿੰਘੂ ਵਾਲੇ ਪਾਸੇ ਵੀ, ਜਿੱਥੇ ਤੁਹਾਨੂੰ ਲੋਟਣ ਦਾ ਨੇੜੇ ਲੱਗਦਾ, ਦੋਨਾਂ ਪਾਸਿਆਂ ਦੇ ਉੱਤੇ ਆਪਾਂ ਨੂੰ ਮਿੱਟੀ ਦੀਆਂ ਟਰਾਲੀਆਂ ਦੀ ਤੇ ਪੋਕ ਲੈਣ ਮਸ਼ੀਨਾਂ ਦੀ ਬਈ ਲੋੜ ਹੈ। ਕੱਲ ਨੂੰ ਹੁਣ ਮੇਰਾ ਵੀਰ ਖਿੱਚ ਦੇ ਬਾਈ ਬਣ ਕੇ ਵੀ ਰਾਂ ਇੱਧਰ ਨੂੰ ਮੋਰਚੇ ਵੱਲ ਨੂੰ, ਤੇ ਮੋਰਚਾ ਫਤਿਹ ਹੋਊਗਾ, ਮੋਰਚਾ ਚੜ੍ਹਦੀ ਕਲਾ ਚ, ਸਾਰੇ ਯੋਧੇ ਚੜ੍ਹਦੀ ਕਲਾ ਚ, ਬੇਸ਼ੱਕ ਉਹਨਾਂ ਦੇ ਲੱਤਾਂ। ਜਿੱਥੇ ਲੋਕ ਸੱਚੇ ਦਿਲੋਂ ਲੜਦੇ ਆ ਨਾ, ਉੱਥੇ ਰੱਬ ਵੀ ਨਾਲ ਆ। ਇੱਥੇ ਲੋਕ ਆ, ਕੋਈ ਇੱਥੇ ਨਿੱਜ ਨੂੰ ਨੀ ਲੈ ਕੇ ਆਇਆ, ਇੱਥੇ ਲੋਕ ਆਪਣੇ ਆਉਣ ਵਾਲੀਆਂ ਨਸਲਾਂ, ਆਪਣੀ ਹੋਂਦ ਨੂੰ ਲੈ ਕੇ ਲੜ ਰਹੇ, ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਲੜ ਰਹੇ ਆ, ਤਾਂ ਰੱਬ ਵੀ ਨਾਲ ਖੜਾ ਆ। ਸੋ ਇਸ ਕਰਕੇ ਬਾਈ ਹੁਣ ਫਰਜ਼ ਬਣਦਾ, ਜਿਵੇਂ 2020 ਵਾਲਾ ਆਪਣਾ ਮੋਰਚਾ ਬਣਿਆ ਸੀ, ਐਡੀ ਵੱਡੀ ਲਹਿਰ ਪੰਜਾਬ ਚ ਬਣਨੀ ਚਾਹੀਦੀ ਆ ਪੰਜਾਬੀਓ। ਤੁਹਾਨੂੰ ਅਪੀਲ ਆ ਬਾਈ, ਆਓ ਆਪਾਂ ਇਹਦੇ ਜਬਰ ਜ਼ੁਲਮ ਦਾ ਜਵਾਬ ਮੂੰਹ ਤੋੜਵਾ, ਆਪਣੇ ਸਬਰ ਨਾ ਦੇਗੇ, ਦ੍ਰਿੜਤਾ ਨਾ ਦੇਗੇ, ਦਲੇਰੀ ਨਾ ਦੇਗੇ। ਸੋ ਆਓ, ਇੱਕ ਦੇ ਵਿੱਚ ਹੀ ਤੁਹਾਡੀ ਜਿੱਤ ਪਈ ਹੈ। ਕੱਲ ਨੂੰ ਜਿਹੜੇ ਤੁਹਾਨੂੰ ਸਾਧਨ ਕਹੇ ਆ ਬਾਈ, ਉਹ ਜ਼ਰੂਰ ਲੈ ਕੇ ਪਹੁੰਚੋ, ਕਿਉਂਕਿ ਅੱਜ ਬੜਾ ਜ਼ੋਰ ਲੱਗਿਆ। ਕਈ ਵਾਰੀ ਮੁੰਡੇ ਜ਼ਖਮੀ ਹੋ ਗਏ, ਕਿੰਨੇ ਵਾਰੀ ਉਧਰ ਨੂੰ ਜਾਂਦੇ, ਉਥਰੂ ਕਹਿੰਦੇ ਗੋਲੇ ਮਾਰਦੇ ਆ, ਰਬੜ ਦੀਆਂ ਗੋਲੀਆਂ, ਦੂਜੀਆਂ ਗੋਲੀਆਂ ਮਾਰਦੇ ਆ, ਫੋ ਨੀ ਪੈਣ ਦੇ ਰਹੇ। ਫੋ ਪੈਣਾ ਮਿੱਟੀ ਦੀਆਂ, ਲਿਆਓ ਟਰਾਲੀਆਂ ਭਰ ਕੇ, ਬੋਕਲਾਂ ਮਸ਼ੀਨਾਂ ਲੈ ਕੇ ਆਓ, ਜੇਸੀਬੀਆਂ ਲਿਆਓ, ਇਹਦੇ ਨਾਲ ਫੋ ਪੈਣਾ, ਢੋਲ ਲੈ ਕੇ ਆਓ ਬਾਈ, ਗਿੱਲੀਆਂ ਬੋਰੀਆਂ ਲੈ ਕੇ ਆਓ, ਹਾਂ ਜੇ ਸੁੱਟਦੇ ਨੇ ਅਥਰੂ ਕਹੇ ਗਿੱਲੀ ਬੋਰੀ ਤੇ ਸਿੱਖਾਂਗੇ। ਇਹ ਸਾਰਾ ਸਮਾਨ ਮੇਰਾ ਵੀ ਲੈ ਕੇ ਕੱਲ ਨੂੰ ਪਹੁੰਚੋ, ਤੇ ਹਰ ਹਾਲ ਦੇ ਵਿੱਚ ਆਪਾਂ ਦਿੱਲੀ ਪਹੁੰਚਾਂਗੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।